ਬੂਟਾ ਸਿੰਘ ਮੇਰਾ ਨਾਂ ਆ। ਠੀਕ ਹੈ ਜੀ, ਬੂਟਾ ਸਿੰਘ ਮੇਰਾ ਨਾਂ ਆ। ਆਪਾਂ ਔਨ ਏਅਰ ਗੱਲ ਕਰ ਰਹੇ ਹਾਂ ਨਾ ਹਰਨੇਕ? ਹਾਂ ਹਾਂ ਹਾਂ, ਰੇਡੀਓ ਦੇ ਉੱਤੇ ਔਨ ਏਅਰ ਸਾਰੇ ਸਰੋਤੇ ਸੁਣ ਰਹੇ ਤੁਹਾਨੂੰ। ਚਲੋ ਬਹੁਤ ਵਧੀਆ ਗੱਲ ਹੈ ਹਰਨੇਕ ਸਿੰਘ ਜੀ। ਮੈਂ ਇੱਕ ਤੁਹਾਡੇ ਨਾਲ ਗੱਲ ਕਰਨੀ ਸੀ। ਕੁਛ ਦਿਨ ਪਹਿਲਾਂ ਨਾ ਤੁਹਾਡੀ ਇੱਕ ਵੀਡੀਓ ਸੁਣੀ ਸੀ ਮੈਂ, ਤੇ ਉਹਦੇ ਵਿੱਚ ਸਤਨਾਮ ਸਿੰਘ ਤੁਹਾਡੇ ਨਾਲ ਗੱਲ ਕਰਦਾ ਪਿਆ ਸੀ ਕਿ ਬਾਬਾ ਦੀਪ ਸਿੰਘ ਜੀ ਨੇ ਸਿਰ ਤਲੀ ਤੇ ਧਰਿਆ, ਉਹਦੀ ਕੌਮ ਨੂੰ ਦੇਣ ਕੀ ਸੀ? ਇਸ ਤਰ੍ਹਾਂ ਹੋਈ ਸੀ ਨਾ ਜੀ ਆਪਣੀ ਤੇ ਉਹਨਾਂ ਦੀ ਤੁਹਾਡੀ ਗੱਲ? ਗੱਲ ਇਹ ਸੀ ਕਿ ਉਹਦਾ ਸਮਾਜ ਨੂੰ ਫਾਇਦਾ ਕੀ ਆ ਉਹਦਾ? ਹਾਂਜੀ ਹਾਂਜੀ, ਗੱਲ ਇਹ ਚੱਲਦੀ ਸੀ ਕਿ ਜਿਹੜੇ ਮਕਸਦ ਕੀ ਹੈ, ਇਹੀ ਹੈ ਨਾ, ਜਿਹੜੇ ਬ੍ਰਹਮ ਗਿਆਨੀ, ਜਿੰਨੇ ਬ੍ਰਹਮ ਗਿਆਨੀ ਸਿੱਖਾਂ ਦੇ ਹੋਏ ਆ ਨਾ। ਬੋਲੋ ਬੋਲੋ ਤੁਸੀਂ ਬੋਲੋ। ਗੱਲ ਹਾਂਜੀ ਹਾਂਜੀ, ਗੱਲ ਇਹ ਚੱਲਦੀ ਸੀ ਵੀ ਜਿੰਨੇ ਸਿੱਖਾਂ ਦੇ ਬ੍ਰਹਮ ਗਿਆਨੀ ਹੋਏ, ਜਿਹੜੀਆਂ ਉਹਦੀਆਂ ਵਡਿਆਈਆਂ ਦੱਸਦੇ ਆ। ਹਾਂਜੀ ਹਾਂਜੀ, ਉਹ ਸਾਰੀਆਂ ਵਡਿਆਈਆਂ ਨੂੰ ਜਦੋਂ ਵਿਚਾਰਦੇ ਆ ਤਾਂ ਨਿਚੋੜੇ ਨਿਕਲਦਾ ਵੀ ਉਹਦਾ ਫਾਇਦਾ ਕੀ ਹੋਇਆ ਸਮਾਜ ਨੂੰ। ਫਾਇਦਾ ਹਰਨੇਕ ਸਿੰਘ ਜੀ ਮੈਂ ਦੱਸਦਾ ਨਾ ਹੁਣ, ਜੇ ਮੈਨੂੰ 2 ਮਿੰਟ ਮੌਕਾ ਦੇ ਦਿਓ ਬਸ। ਫਾਇਦਾ ਆਪਾਂ ਨੂੰ ਇਹ ਹੋਇਆ, ਆਪਾਂ ਮੁਗਲਾਂ ਦੇ ਗੁਲਾਮ ਸੀਗੇ, ਇਹ ਤਾਂ ਆਪਾਂ ਮੰਨਦੇ ਆ ਨਾ, ਤੇ ਗਜਨੀ ਚ ਬਾਜ਼ਾਰ ਵੀ ਲੱਗਦੇ ਸੀ, 2-2 ਟਕੇ ਦੇ ਧੀਆਂ ਭੈਣਾਂ ਦੀ ਇੱਜ਼ਤ ਵੀ ਵਿਕਦੀ ਸੀ। ਨਹੀਂ ਨਹੀਂ, ਬਾਬਾ ਦੀਪ ਸਿੰਘ ਨੇ ਆਪਾਂ ਨੂੰ ਆਜ਼ਾਦੀ ਵਾਲੇ ਰਾਹ ਪਾਇਆ। ਨਹੀਂ ਨਹੀਂ, ਆਜ਼ਾਦੀ ਵਾਲੇ ਤਾਂ ਗੁਰਦੁਆਰੇ, ਉਹ ਭਰਾਵਾ ਸਾਨੂੰ ਤਾਂ ਇਹ ਲੱਗਦਾ ਕਿ ਉਹ ਗੁਰਦੁਆਰੇ ਦੀ ਗੋਲਕ ਲਈ ਲੜਿਆ, ਗਜਨੀ ਦੇ ਉਹਦਾ ਕੀ ਲੈਣਾ ਦਾ, ਗੁਰਦੁਆਰੇ ਲਈ ਕਾਤੇ ਲੜਿਆ, ਅੰਮ੍ਰਿਤਸਰ ਕਾਤੇ ਲੜਿਆ ਫਿਰ ਉਹ? ਤੁਸੀਂ ਇਸ ਗੱਲ ਵਿੱਚ ਠਲਾ ਰਹੇ ਹੋ ਕਿ ਉਹਨਾਂ ਨੇ ਧੀਆਂ ਭੈਣਾਂ ਆਜ਼ਾਦ ਕਰਾਈਆਂ ਅਬਦਾਲੀ ਤੋਂ, ਇਸ ਗੱਲ ਨੂੰ ਵੀ ਤੁਸੀਂ ਠਲਾ ਰਹੇ ਹੋ, ਕਹਿਣ ਦਾ ਮਤਲਬ ਹੈ? ਦੇਖੋ ਗੱਲ ਇਹ ਆ ਭਈ, ਜਦੋਂ ਨਾ ਜਦੋਂ ਟਕਸਾਲ ਦਾ ਢਾਂਚਾ ਦੇਖ ਰਹੇ ਹਾਂ ਸਨ ਅਸੀਂ, ਹਾਂਜੀ ਹਾਂਜੀ, ਸਾਨੂੰ ਇਹ ਲੱਗ ਰਿਹਾ ਆ ਭਈ ਇਹ ਟਕਸਾਲ ਨੂੰ ਜਿੱਦਾਂ ਅੱਜ ਸਾਡੇ ਸਿਰ ਤੇ ਬਿਠਾ ਲਿਆ ਹੈ ਨਾ, ਉਹ ਬਿਠਾਲਣ ਲਈ ਹੀ ਇਹ ਪਾਤਰ ਜਿਹੜੇ ਆ ਟਕਸਾਲ ਨਾਲ ਜੋੜੇ ਗਏ ਆ। ਪਾਸੇ ਕਰ ਦਿਓ ਤੁਸੀਂ, ਮੈਂ ਤਾਂ ਸਿਰਫ ਸਿਰ ਤਲੀ ਤੇ ਧਰ ਕੇ ਲੜਨ ਦੀ ਗੱਲ ਵੀ ਆ ਰਿਹਾ, ਟਕਸਾਲ ਨੂੰ ਵਿੱਚ ਆਪਾਂ ਨਹੀਂ ਲੈ ਕੇ। ਨਹੀਂ ਨਹੀਂ, ਗੱਲ ਤਾਂ ਟਕਸਾਲ ਕਹਿੰਦੀ, ਟਕਸਾਲ ਕਹਿੰਦੀ ਆ ਵੀ ਸਾਡਾ ਹੈਡ ਆ, ਸਾਡਾ ਮੁਖੀ ਆ, ਉਹ ਤਾਂ ਜੋੜ ਕੇ ਹੀ ਦੇਖਾਂਗੇ ਅਸੀਂ, ਪਾਸੇ ਕਿਉਂ ਰੱਖ ਦਈਏ ਟਕਸਾਲ ਨੂੰ? ਹੈਲੋ, ਟਕਸਾਲ ਨੂੰ ਪਾਸੇ ਕਿਉਂ ਰੱਖ ਦਈਏ? ਉਹ ਤਾਂ ਜੋੜ ਕੇ ਦੇਖਾਂਗੇ ਅਸੀਂ। ਫੇਰ ਨਹੀਂ ਨਹੀਂ, ਜੋੜ ਕੇ ਤਾਂ ਦੇਖਾਂਗੇ, ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਜੇ ਉਹਨਾਂ ਨੇ ਜਿਹੜਾ ਯੁੱਧ ਲੜਿਆ, ਸਿੰਘਾਂ ਨੇ ਯੁੱਧ ਲੜਿਆ, ਸਾਡੀਆਂ ਧੀਆਂ ਭੈਣਾਂ ਦੀ ਰਾਖੀ ਕੀਤੀ ਕਿ ਨਹੀਂ? ਜੇ ਉਹ ਬਾਬਾ ਦੀਪ ਸਿੰਘ ਨਾ ਉੱਠਦਾ ਤੇ ਆਪਾਂ, ਤੁਸੀਂ ਨਿਊਜ਼ੀਲੈਂਡ ਨਾਲ ਬੈਠੇ ਹੁੰਦੇ ਤੇ ਮੈਂ ਇਸ ਵਕਤ ਫੋਰਚੂਨਰ ਦੀ ਸੀਟ ਤੇ ਬੈਠ ਕੇ ਡਰਾਈਵ ਨਾ ਕਰ ਰਿਹਾ ਹੁੰਦਾ। ਉਹ ਭਰਾਵਾ ਬਕਵਾਸ, ਇਹ ਢਾਡੀਆਂ ਨੇ ਸਾਨੂੰ ਸੁਣਾਇਆ ਆ ਇਦਾਂ ਦਾ, ਇਹ ਬਕਵਾਸ ਆ ਸਾਰਾ, ਇਹਨੂੰ ਇਦਾਂ ਨਾ ਜੋੜੋ। ਗੱਲ ਇਹ ਕਰਦੇ ਆ ਕਿ ਬਾਬਾ ਦੀਪ ਸੁਣ, ਜਦੋਂ ਜਦੋਂ ਬਾਬਾ ਦੀਪ ਸਿੰਘ ਬੰਦਾ ਸਿੰਘ ਬਹਾਦਰ ਦੇ ਵੇਲੇ ਉਹਦੀ ਪਿੱਠ ਚ ਛੁਰਾ ਮਾਰਨ ਲਈ ਤਾਂ ਸਾਰਾ ਲਾਣਾ ਇੱਕ ਤਾਂ ਬੈਠਾ ਆਇਆ ਸੀ। ਬੋਲੋ ਬੋਲੋ, ਮੈਂ ਸੁਣ ਰਿਹਾ ਤੁਹਾਡੀ ਗੱਲ। ਹਾਂਜੀ, ਉਹ ਤਾਂ ਸਾਰਾ ਲਾਣਾ ਇੱਕ ਪਾਸੇ ਬੈਠਾ ਆਇਆ ਸੀ। ਅੱਛਾ ਜੀ, ਤੇ ਤੁਸੀਂ ਆਪਣਾ ਵਿਚਾਰ ਦੇ ਦਿੱਤਾ ਹੈ ਲੋਕਾਂ ਨੂੰ। ਹਾਂਜੀ, ਅਸੀਂ ਹੁਣ ਦੱਸ ਰਹੇ ਹਾਂ। ਨਹੀਂ ਨਹੀਂ, ਠੀਕ ਹੈ, ਅਸੀਂ ਆਪਣਾ ਓਪੀਨੀਅਨ ਬਹੁਤ ਗੱਲਾਂ, ਠੀਕ ਹੈ। ਹੁਣ ਇੱਕ ਮੈਂ ਛੋਟੀ ਜਿਹੀ ਗੱਲ ਕਰਤੀ, ਫੇਰ ਭਾਵੇਂ ਫੋਨ ਕਰ ਦਿਓ। ਹੋਲਡ ਰੱਖਿਓ ਮਾੜਾ ਜਿਹਾ, ਇਹ ਸਰ ਇੱਥੇ ਨੈਟਵਰਕ ਪ੍ਰੋਬਲਮ ਹੈ। ਹੈਲੋ, ਨੈਟਵਰਕ ਸਾਡੇ ਇਧਰੋਂ ਤਾਂ ਠੀਕ ਹੈ ਜੀ, ਸਾਡੇ ਕੋਲ ਸਾਰਾ ਕੁਝ।
ਨਹੀਂ ਨਹੀਂ ਮੇਰੇ ਇੱਥੇ ਪ੍ਰੋਬਲਮ, ਮੈਂ ਨਾ ਐਕਚੁਅਲੀ ਡਰਾਈਵ ਕਰ ਰਿਹਾ ਸੀਗਾ, ਤੇ ਮੇਰਾ ਕਹਿਣ ਦਾ ਮਤਲਬ ਹੈ ਜੀ ਇਸ ਤਰ੍ਹਾਂ ਨਾ ਤੁਸੀਂ ਵਿਚਾਰ ਦੁਨੀਆਂ ਨੂੰ ਬੜੇ ਸਿੱਧੇ ਰਸਤੇ ਲਾ ਰਹੇ ਹੋ, ਇਹੋ ਜਿਹੀ ਗੱਲ ਨੀ, ਤੁਸੀਂ ਸਾਰਾ ਗਲਤ ਹੋ। ਪਰ ਜਿਹੜਾ ਨਾ ਬਾਬਾ ਦੀਪ ਸਿੰਘ ਦੀ ਵਿੱਚ ਗੱਲ ਆਉਂਦੀ ਹੈ, ਵਿੱਚ ਕੁਛ ਇਹੋ ਜਿਹੀਆਂ ਧੀਆਂ ਭੈਣਾਂ ਦੀ ਗੱਲ ਆਉਂਦੀ ਹੈ, ਉਦੋਂ ਸਿੱਖ ਪੰਥ ਤੁਹਾਡੇ ਅਗੇਂਸਟ ਖੜਾ ਹੁੰਦਾ ਹੈ। ਨਹੀਂ ਨਹੀਂ ਉਨੀ ਤਾਂ ਉਹਨਾਂ ਦੀ ਨੀ, ਸਾਨੂੰ ਸਿੱਖ ਪੰਥ ਦੀ ਨੀ ਪਰਵਾਹ ਸਾਨੂੰ ਹੈਗੀ ਵੀਰਾ, ਗੱਲ ਇਹ ਆ ਧੀਆਂ ਭੈਣਾਂ ਦੀ ਗੱਲ ਪਾਸੇ ਪਰਵਾਹ ਕੀਦੀ ਹੈ ਮੈਨੂੰ ਇਹ ਦੱਸ ਦੋ, ਮੈਨੂੰ ਇਹ ਦੱਸੋ ਤੁਹਾਨੂੰ ਪ੍ਰਵਾਹ ਕਿਸ ਚੀਜ਼ ਦੀ, ਫਿਰ ਤੁਸੀਂ ਰੇਡੀਓ ਤੇ ਰੌਲਾ ਕਿਸ ਚੀਜ਼ ਦਾ ਪਾ ਰਹੇ ਹੋ ਜੇ ਤੁਹਾਨੂੰ ਸਿੱਖ ਪੰਥ ਦੀ ਪ੍ਰਵਾਹ ਨਹੀਂ ਹੈ। ਨਹੀਂ ਨਹੀਂ ਮਤਲਬ ਪਾਈ ਜਾਵੇ ਰੌਲਾ, ਮੈਂ ਤਾਂ ਉਸ ਸੈਂਸ ਵਿੱਚ ਗਿਆ ਯਾਰ, ਤੂੰ ਪੁੱਠੀ ਗੱਲ ਕਾਹਤੇ ਪਾਈ ਜਾਂਦਾ, ਤੂੰ ਕਹਿੰਦਾ ਸਿੱਖ ਪੰਥ ਤੁਹਾਡੇ ਉਲਟਿਆ, ਮੈਂ ਕਿਹਾ ਸਾਨੂੰ ਨੀ ਪ੍ਰਵਾਹ ਉਹਦੀ ਹੋਵੇ ਉਲਟ। ਨਾ 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 ਮੈਂ ਇਹ ਗੱਲ ਨੀ ਕਹੀ, ਮੈਂ ਇਹ ਕਿਹਾ ਵਾ ਅਸੀਂ ਤੁਹਾਡੇ ਨਾਲ ਕਾਹਤੇ, ਜਦੋਂ ਤੁਸੀਂ ਕਹਿੰਦੇ ਹੋ ਕਿ ਗੱਲ ਆਉਂਦੀ ਹੈ ਜਾਂ ਬਾਬਾ ਦੀਪ ਸਿੰਘ ਦੇ, ਅਸੀਂ ਉਹ ਗੱਲਾਂ ਦੇ ਅਗੇਂਸਟ ਆ ਤੇ ਬਾਕੀ ਤੁਹਾਡੇ ਨਾਲ ਆ। ਨਹੀਂ ਨਹੀਂ ਉਹ ਇੱਕ ਹੋਲਡ ਕਰਿਓ ਬਣ ਗਿਆ, 108 ਤੇ ਸਲਾਮ ਸਿੰਘ ਆ ਸ਼ਾਇਦ ਸਾਡੇ ਨਾਲ। ਹਾਂਜੀ ਸਲਾਮ ਸਿੰਘ ਨਾਲ ਹੀ ਗੱਲ। ਹਾਂਜੀ 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 ਮੈਂ ਭਾਜੀ ਦੋ ਗੱਲਾਂ ਕਰਨੀਆਂ ਵੀਰ ਨਾਲ, ਮੈਂ ਦੋ ਕਰਨੇ ਸਵਾਲ। ਕਰੋ ਕਰੋ। ਇਹ ਵੀਰ ਕਹਿੰਦਾ ਵੀ ਬਾਬਾ ਦੀਪ ਸਿੰਘ ਨੇ ਧੀਆਂ ਭੈਣਾਂ ਦੀ ਇੱਜ਼ਤ ਬਚਾਈ ਹੈ ਨਾ। ਹਾਂਜੀ ਸੁਣ ਰਹੇ ਆ ਉਹ ਵੀਰ, ਸੁਣ ਰਿਹਾ ਨਾਲ। ਮੈਂ ਕਹਿ ਰਿਹਾ ਜੀ ਆ ਸੁਣ, ਅੱਛਾ ਧੀਆਂ ਭੈਣਾਂ ਦੀ ਇੱਜ਼ਤ ਨਾਲ ਵੱਧ ਕੇ ਉਦੋਂ ਨੀ ਇੱਜ਼ਤਾਂ ਰੋਣੀਆਂ ਜਦੋਂ ਆਨੰਦਪੁਰ ਸਾਹਿਬ ਛੱਡਿਆ ਤਾਂ ਉਦੋਂ ਬਾਬਾ ਦੀਪ ਸਿੰਘ ਕਿੱਥੇ ਸੀ, ਉਦੋਂ ਕਿਉਂ ਨੀ ਬਚਾਉਣ ਆਇਆ ਜੇ ਇੰਨਾ ਸੂਰਮਾ ਧੀਆਂ ਭੈਣਾਂ ਦੀ ਇੱਜ਼ਤ ਬਚਾਉਣ ਵਾਲਾ ਸੀਗਾ, ਤੇ ਗੁਰੂ ਦੀ ਇੱਜ਼ਤ ਨਾਲੋਂ ਵੱਡੀ ਤਾਂ ਕੋਈ ਚੀਜ਼ ਨਹੀਂ ਨਾ ਹੋ ਸਕਦੀ। ਅੱਛਾ ਇੱਕ ਮਿੰਟ, ਇੱਕ ਸੈਕਿੰਡ ਪਹਿਲਾਂ ਮੈਨੂੰ ਸਵਾਲ ਪੂਰਾ ਕਰ ਲੈਂਦੇ। ਹੈਲੋ, ਫੇਰ ਉਹ ਤੋਂ ਬਾਅਦ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਹੁੰਦੇ ਆ ਬੱਚੇ ਗੁਰੂ ਪਾਤਸ਼ਾਹ ਦੇ ਵੱਡੇ, ਉਦੋਂ ਬਾਬਾ ਦੀਪ ਸਿੰਘ ਕਿੱਥੇ ਸੀਗਾ? ਮਹਾਂ ਸਿੰਘ ਵਰ ਕੇ ਬਾਹਰੋਂ ਚਲ ਗਏ ਬਾਅਦ ਦੇ ਵਿੱਚ ਲੜਨ, ਦੀਪ ਸਿੰਘ ਕਿਉਂ ਨੀ ਗਿਆ? ਅੱਛਾ ਫੇਰ ਕਿਹੜਾ ਸੀਗਾ? ਇੱਕ ਮਿੰਟ ਹਜੇ ਹੋਰ ਹਜੇ ਮੜ ਜਾ ਰਹਿੰਦਾ ਇਹ ਗੱਲ, ਮੈਂ ਹੋਰ ਸਾਰੇ ਇਕੱਠੇ ਜਵਾਬ ਦੇ ਦਿਓ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲੋਂ ਤਾਂ ਇਸ ਦੁਨੀਆਂ ਚ ਕੋਈ ਵੱਡਾ ਜ਼ੁਲਮ ਨੀ ਨਾ ਹੈਗਾ। ਉਹਨੂੰ ਇੱਕ ਬੰਦੇ ਸਿੰਘ ਨੂੰ ਉੱਥੇ ਨਵੇੜ ਤੋਂ ਜਾ ਕੇ ਚੇਤਾ ਆ ਗਿਆ, ਉਹਨੂੰ ਤਾਂ ਪਤਾ ਲੱਗ ਗਿਆ ਦੁੱਖ ਜਾਗ ਪਏ ਉਹਦੇ ਅੰਦਰ, ਇਹ ਪੰਜਾਬ ਦੇ ਵਿੱਚ ਬੈਠਾ ਉਹਨੂੰ ਚੇਤਾ ਨੀ ਆਇਆ ਕਿ ਮੈਂ ਵੀ ਕੁਛ ਕਰਾਂ ਜਾ ਕੇ, ਮੈਂ ਕਿਉਂ ਨੀ ਬਦਲਾ ਲਵਾਂ? ਗੁਰੂ ਗੋਬਿੰਦ ਸਿੰਘ ਨੂੰ ਉੱਥੇ ਵਿਸ਼ਵਾਸ ਨੀ ਆਇਆ ਹਨਾ। ਅੱਛਾ ਜੀ, ਤੇ ਉਹਦੇ ਬਾਅਦ ਦੇ ਵਿੱਚ ਬੰਦਾ ਸਿੰਘ ਬਹਾਦਰ ਦੇ ਨਾਂ ਤੇ ਜਿਹੜੇ ਸੀਗੇ ਉਹ ਸਾਰਿਆਂ ਨੂੰ ਫੜ ਕੇ ਉਹਨੀ ਔਰਤਾਂ ਦੀ ਪੰਜਾਬ ਚੋਂ ਚੁਣ ਚੁਣ ਕੇ ਉਹਨੀ ਗਲ ਕੱਟ ਕੇ ਫਿਰ ਵੱਢ ਵੱਢ ਕੇ ਮਾਰਤੀ, ਤੇ ਬਾਬਾ ਦੀਪ ਸਿੰਘ ਨੂੰ ਕੁਛ ਵੀ ਨੀ ਕਿਹਾ ਕਿ ਤੁਹਾਨੂੰ ਲੱਗਦਾ ਵੀ ਉਹ ਮੁਗਲਾਂ ਤੋਂ ਧੀਆਂ ਭੈਣਾਂ ਚਲਾਉਣਾ ਹੋਊਗਾ? ਜਿਹੜਾ ਸਿੱਖੀ ਨੇ ਤਾਂ ਕੁਛ ਵੀ ਨੀ ਕਰ ਰਿਹਾ। ਹੋਰ ਦੱਸੋ ਤੁਸੀਂ ਹੁਣ ਗੱਲ ਕਰ। ਹਾਂਜੀ ਹੈਲੋ ਸਤਨਾਮ ਸਿੰਘ ਜੀ, ਮੈਨੂੰ ਇੱਕ ਗੱਲ ਦੱਸੋਗੇ, ਜਦੋਂ ਆਪਣਾ ਚਮਕੌਰ ਦੀ ਗਲੀ ਚ ਯੁੱਧ ਹੋਇਆ ਸੀਗਾ ਉਦੋਂ ਟਾਈਮ ਕੀ ਸੀਗਾ, ਡੇਟ ਵਾਈਜ਼ ਮੈਨੂੰ ਦੱਸ ਸਕਦੇ ਹੋ? ਲੈ ਦੱਸ ਯਾਰ, ਜਦੋਂ ਮੁਗਲਾਂ ਦੀਆਂ ਚੜਾਈਆਂ ਉਦੋਂ ਕਈ ਕੀ ਟਾਈਮ ਸੀਗਾ ਜਦੋਂ ਧੀਆਂ ਭੈਣ ਚੜਾਈਆਂ? ਇੱਕ ਮਿੰਟ, ਉਦੋਂ ਤਰੀਕ ਤੇ ਡੇਟ ਦੱਸੀ ਮਾਰੀ ਗਈ। ਸੁਣ ਪਹਿਲਾਂ ਹੁਣ ਮੇਰੀ ਸੁਣ, ਮੇਰਾ ਜਨਮ 83 ਦਾ, ਤੂੰ ਹੁਣ ਕਹਿੰਦੇ ਤੂੰ ਸੰਤ ਪਿੰਡਰਾਲੇ ਦੇ ਨਾਲ ਨੀ ਸੀ ਖੜਾ ਤੇ ਮੈਂ ਤੈਨੂੰ ਜਵਾਬ ਕਿੱਥੋਂ ਦੇ ਦਾਂ? ਸਤਨਾਮ ਸਿੰਘ ਵੀਰੇ, ਬੂਟਾ ਸਿੰਘ ਵੀਰੇ ਗੱਲ ਸੁਣ। ਹਾਂਜੀ, ਬਾਬਾ ਦੀਪ ਸਿੰਘ ਗੁਰੂ ਗੋਬਿੰਦ ਸਿੰਘ ਦੇ ਵੇਲੇ ਵੀ ਸੀਗਾ ਤੇ ਬੰਦਾ ਸਿੰਘ ਬਹਾਦਰ ਦੇ ਵੇਲੇ ਵੀ ਸੀਗਾ? ਬਿਲਕੁਲ ਸੀਗਾ ਮਹਾਰਾਜ, ਮੈਂ ਤੁਹਾਡੇ ਨਾਲ ਸਾਰੀਆਂ ਗੱਲਾਂ ਨਾਲ ਸਹਿਮਤ ਹਾਂ। ਤੂੰ ਇੱਕ ਮਿੰਟ ਫਿਰ ਹਾਂ ਐਗਜ਼ਾਮਪਲ ਕਿਉਂ ਦਿੱਤੀ ਤਾਂ? ਫਿਰ ਮੇਰਾ ਜਨਮ 83 ਦਾ ਤਾਂ ਪਿੰਡਾਂ ਦੇ ਵੇਲੇ ਮੈਂ ਨਹੀਂ ਸੀ। ਮੈਂ ਇਹ ਇਸ ਕਰਕੇ ਦੇ ਰਿਹਾ, ਕੋਈ ਇੱਕ ਸਮਾਂ ਹੁੰਦਾ, ਅੱਜ ਮੈਂ ਲੜਨ ਦੇ ਕਾਬਲ ਆ, ਉਸ ਟਾਈਮ ਮੈਂ ਮਾਧਵ ਗੁੰਡੀ ਚ ਬੈਠਾ ਸੀ। ਕਿਉਂ, ਕਿੰਨੀ ਉਮਰ ਸੀ ਬਾਬਾ ਦੀਪ ਸਿੰਘ ਨੇ 10ਵੇਂ ਪਾਤਸ਼ਾਹ ਦੇ ਵੇਲੇ ਅੰਮ੍ਰਿਤ ਛਕਿਆ ਜਾ ਕੇ? ਮਹਾਰਾਜ ਜੀ, ਉਸ ਤੋਂ ਬਾਅਦ ਲੜਨਾ ਵੀ ਤਾਂ ਉਹਨਾਂ ਨੇ ਉਦੋਂ ਹੀ ਸਿੱਖ ਪੰਥ ਦੀ ਬਾਤ ਕਦੋਂ? ਨਹੀਂ, ਇੱਕ ਮਿੰਟ, ਜਨਮ ਕਿਹੜੇ ਸਨ ਦਾ ਜਨਮ ਦੱਸਦੇ ਆ ਬਾਬਾ ਦੀਪ ਸਿੰਘ ਦਾ ਤੁਸੀਂ? ਮੈਂ ਤੁਹਾਡੇ ਤੋਂ ਇਹ ਸਵਾਲ ਪੁੱਛ ਰਿਹਾ, ਬਾਕੀ ਤੁਹਾਨੂੰ ਮੈਂ ਕਲੀਅਰ ਹਿਸਟਰੀ ਮੈਂ ਦੱਸਦਾ ਨਾ, ਫਿਰ ਇਹੀ ਤਾਂ ਪੁੱਛਣਾ ਚਮਕੌਰੀ ਉਹਨਾਂ ਦਾ ਜਨਮ ਦੱਸੋ ਕਿਹੜੇ ਸਨ ਦਾ? ਹੈਲੋ, ਜਨਮ ਦੱਸੋ ਕਿਹੜੇ ਸਨ ਦਾ ਸੀ? ਮੈਂ ਇਹੀ ਤਾਂ ਮੈਂ ਤੁਹਾਨੂੰ ਪੁੱਛ ਰਿਹਾ ਵਾਂ।
ਤੁਸੀਂ ਨਾਲੇ ਕਿ ਜਾਣੇ ਵੀ 85 ਸਾਲ ਦੀ ਉਮਰ ਵਿਚ ਉਹਨੇ ਖੰਡਾ ਵਾਹਿਆ, ਉਹ 1750 ਦੇ ਲਾਗੇ ਦੀ ਗੱਲ ਆ, ਇਹਦਾ ਮਤਲਬ 1699 30-35 ਸਾਲ ਦਾ ਤਾਂ ਹੋਊਗਾ ਉਹ, ਜੇ ਉਦੋਂ 85 ਦੱਸਗਾ ਜਾਂ ਉਦੋਂ ਝੂਠ ਬੋਲਦੇ ਆ ਤੁਸੀਂ? ਅਸੀਂ ਝੂਠ ਨੀ ਜੀ ਬੋਲ ਰਹੇ, ਨਹੀਂ ਫਿਰ ਮੇਰੀ ਤਾਂ ਆਪਦੀ ਉਮਰ 36 ਸਾਲ ਦੀ ਹੈ, ਫਿਰ ਤੇਰੀ ਉਮਰ ਨੂੰ ਅਸੀਂ ਦੱਸ, ਤੇਰੀ ਉਮਰ ਨੂੰ ਕੁੰਡੇ ਚ ਪਾ ਕੇ ਚੰਨੀ ਬਣਾਈਏ ਉਹਦੀ, ਤੇਰੀ ਉਮਰ ਦਾ ਕੀ ਕਰੀਏ ਅਸੀਂ? ਗੱਲ ਤਾਂ ਜਦੋਂ ਤੁਸੀਂ ਇਹ ਕਹਿੰਦੇ ਆ ਕਿ 1750-52 ਜਿਹੜੀ ਲੜਾਈ ਹੋਈ ਆ ਉਦੋਂ 85 ਸਾਲ ਉਮਰ ਸੀ ਬਾਬਾ ਦੀਪ ਸਿੰਘ ਦੀ, ਹਾਂਜੀ ਹਾਂਜੀ, ਜੇ 1760 ਵਿਚ ਮੰਨ ਲਓ 85 ਦੀ ਹੋਈ ਤਾਂ 1699 25-26 ਸਾਲ ਬਣਦੀ ਆ, ਚਲੋ 1716 ਚ ਬੰਦਾ ਸਿੰਘ ਬਹਾਦਰ ਦੀ ਹੁੰਦੀ ਸ਼ਹੀਦੀ, ਉਹਦੇ ਵਿਚ 17 ਹੋਰ ਜੋੜ ਲਓ 26 ਚ 43 ਬਣ ਗਈ। ਅੱਛਾ ਜੀ, ਹੁਣ ਦਸਵੇਂ ਪਾਤਸ਼ਾਹ 42 ਸਾਲ ਦੀ ਉਮਰ ਦੇ ਵਿਚ ਗਹਾਂ ਜੋਤੀ ਉਹ ਸਮਾਉਂਦੇ ਆ ਤੇ ਉਹਨੂੰ 43 ਸਾਲ ਦੀ ਉਮਰ ਚ ਜਵਾਨੀ ਨੀ ਚੜੀ ਉਹਦੇ ਉੱਤੇ? ਮਹਾਰਾਜ ਕਿਸੇ ਨੂੰ ਕੋਈ ਸੇਵਾ ਲੱਗਦੇ ਆ, ਕੋਈ ਟਾਈਮ ਵੀ ਤਾਂ ਲੱਗਦਾ। ਇਹੀ ਤਾਂ ਅਸੀਂ ਕਹਿੰਦੇ ਆ ਕਿ ਭਰਾਵੋ ਤੁਸੀਂ ਝੂਠ ਬੋਲਦੇ ਆ, ਟਕਸਾਲੀ ਸਾਰੇ ਇਕੱਠੇ ਹੋ ਕੇ ਬਾਬਾ ਦੀਪ ਸਿੰਘ ਨੂੰ ਕੋਈ ਸੋਹਣਾ ਮਤਲਬ ਹੈ ਬਾਬਾ ਦੀਪ ਸਿੰਘ ਫਰੋਡ ਸੀਗਾ, ਤੁਸੀਂ ਸੁਣ ਲੈ ਦਾ ਕਹਿਣਾ ਚਾਹੁੰਦਾ ਮੈਨੂੰ, ਮੈਂ ਤੈਨੂੰ ਇਦੋਂ ਵੀ ਵਧੀਆ ਕਹਿੰਦਾ ਸੁਣ ਤਾਂ ਲੈ। ਹਾਂਜੀ, ਮੈਂ ਕਹਿੰਦਾ ਕਿ ਕੋਈ ਸੇਵਾ ਨੀ ਲੱਗੀ, ਉਹਨਾਂ ਨੇ ਗੁਰਦੁਆਰਿਆਂ ਤੇ ਕਾਬਜ ਕਹਾਉਣ ਲਈ ਇਹ ਦੋ ਪਾਤਰ ਘੜੇ ਆ, ਜਾਂ ਤਾਂ ਉਹ ਹੈ ਨੀ ਗੇ ਟਕਸਾਲ ਨੂੰ ਮਸ਼ਹੂਰ ਕਰ ਲਏ ਬਣਾਏ ਆ, ਜੇ ਸੀਗੇ ਤਾਂ ਬਿਲਕੁਲ ਗੁਰਦੁਆਰੇ ਤੇ ਪਹਿਲਾਂ ਤਲਵੰਡੀ ਸਾਬੋ ਬੈਠੀ ਰਹੇ, ਕੌਮ ਮਰਦੀ ਰਹੀ, ਬੰਦਾ ਸਿੰਘ ਬਹਾਦਰ ਆਪਣੇ ਬੱਚੇ ਦੇ ਟੁਕੜੇ ਕਰਾ ਕੇ ਮੂੰਹ ਚ ਪਾਉਂਦਾ ਰਿਹਾ, ਇਹ ਪੋਥੀਆਂ ਲਿਖਦੇ ਰਹੇ, ਕਥਾ ਸੁਣਦੇ ਰਹੇ ਬੈਠੇ ਉੱਥੇ। ਅੱਛਾ ਜੀ, ਤੇ ਜਾਨੀ ਸਿੰਘ ਜੀ ਆਪਾਂ ਮੈਨੂੰ ਕਹਿ ਤਾਂ ਲੈਣ ਦੇ। ਹਾਂਜੀ ਹਾਂਜੀ, ਬੋਲੋ ਬੋਲੋ, ਦੁੱਖ ਦੀਆਂ ਰਗਾਂ ਤਾਂ ਨੱਪ ਲੈਣ ਦੇ ਮੈਨੂੰ। ਹਾਂਜੀ ਹਾਂਜੀ, ਨੱਪੋ ਨੱਪੋ, ਮੈਂ ਬੈਠਾ ਹਾਂ। ਜਾਨੀ ਬੰਦਾ ਸਿੰਘ ਬਹਾਦਰ ਨੂੰ ਫੜ ਕੇ ਜਦੋਂ ਲੈ ਕੇ ਗਏ ਆ ਕੋਨੇ ਕੋਨੇ ਤੋਂ ਜਿੱਥੇ, ਇੱਥੇ ਤੱਕ ਹਾਲਤ ਆ ਗਏ ਵੀ ਜਦੋਂ ਨਾ ਸਿੱਖ ਨੀ ਲੱਭੇ, ਉਹਨਾਂ ਨੂੰ ਬੰਦੇ ਨੀ ਲੱਭੇ, ਉਹਨੇ ਔਰਤਾਂ ਜਿਹਨਾਂ ਦੇ ਲੰਬੇ ਕੇਸ ਸੀ ਉਹਨਾਂ ਦੇ ਸਿਰ ਕੱਟ ਕੇ ਜਾ ਕੇ ਫਰਕਸੀਅਰ ਨੂੰ ਇਹ ਕਿਹਾ ਵੀ ਇਹ ਸਿੱਖ ਨੌਜਵਾਨ ਆ। ਅੱਛਾ ਜੀ, ਉਦੋਂ ਵੀ ਸਾਡੇ ਜਾਣੀ ਟਕਸਾਲ ਦੇ ਮਹਾਨ ਯੋਧੇ ਪਤਾ ਨੀ ਕਿੱਥੇ ਲੁਕੇ ਰਹੇ, ਉਹਨਾਂ ਨੂੰ ਖਬਰ ਹੀ ਨੀ ਮਿਲੀ, ਉਹਨਾਂ ਨੂੰ ਹਕੂਮਤ ਨੇ ਕਿਹਾ ਹੀ ਨੀ ਕੁਛ ਵੀ। ਅੱਛਾ ਜੀ, ਹਨਾ, ਇਹ ਸਾਰੀ ਠੀਕ ਹੈ। ਹੁਣ ਤਲਵੰਡੀ ਭਾਈ ਉੱਥੇ ਸੀ ਰੇਤਲਾ ਇਲਾਕਾ, ਉੱਥੇ ਆਉਂਦਕ ਜਾਂਦਕ ਹੈ ਨੀ ਸੀ, ਕੁਛ ਨੀ ਸੀਗਾ, ਅੰਮ੍ਰਿਤਸਰ ਗਹਿਮਾ ਗਹਿਮ ਸੀ, ਗੋਲਕ ਵੱਡੀ ਸੀ, ਪਿਰਥੀਆਂ ਦੇ ਕੋਲ ਸੀ, ਜਦੋਂ ਮਿਸਲਾਂ ਦੀਆਂ ਲੜਾਈਆਂ ਸਾਰੇ ਪਾਸੇ ਐਨ ਰਚੇ ਮਿਚੇ ਪਏ ਸੀ, ਉਦੋਂ ਬਾਬਾ ਦੀਪ ਸਿੰਘ ਨੇ ਕਰਕੇ ਸੋਚਿਆ ਹੋਊਗਾ ਵੀ ਜਾ ਕੇ ਉੱਥੇ ਕਬਜ਼ਾ ਕਰਦੇ ਆ, ਅਗਲਿਆਂ ਨੇ ਸਿਰ ਲਾ ਕੇ ਰੱਖ ਲਿਆ ਹੋਊਗਾ, ਹੋਰ ਉਹਨੂੰ ਨਾ ਵਧਾ ਚੜਾ ਕੇ ਕਰੀ ਜਾਓ, ਐਵੀਂ ਬੜਬੜੀਆਂ ਗੱਪਾਂ ਨਾ ਮਾਰਿਆ ਕਰੋ ਸਿੱਖਾਂ ਦਾ। ਉਹ ਤੁਸੀਂ ਤੁਹਾਡੇ ਤੁਸੀਂ ਜੋ ਮਰਜ਼ੀ ਕਹੀ ਜਾਓ, ਅਸੀਂ ਤਾਂ ਤੁਹਾਨੂੰ ਦੱਸ ਦਿੱਤਾ ਵੀ ਜੇ ਹੋਇਆ ਵੀ ਹੋਊਗਾ ਹੋ ਸਕਦਾ ਲਾ ਕੇ, ਅੱਜ ਸਾਡੇ ਸਾਹਮਣੇ ਗੱਲ ਸੁਣ, ਜੇ ਹਾਂਜੀ ਜੇ ਭਿੰਡਰਾਂ ਵਾਲੇ ਦੀ ਘਟਨਾ ਸਾਡੇ ਸਾਹਮਣੇ ਨਾ ਹੋਈ ਹੁੰਦੀ, ਹਾਂਜੀ ਭੜਕੇ ਨੂੰ ਇਹੀ ਬਣਾ ਦੇਣਾ ਸੀ ਟਕਸਾਲ ਨੇ, ਜੇ ਅੱਜ ਮੀਡੀਆ ਨਾ ਹੁੰਦਾ ਤੇ ਉੱਥੇ ਮਿਲਟਰੀ ਆਈ ਸੀ 28,000 ਬੰਦੇ ਦਾ ਸਿਰ ਲਾ ਲਿਆ, ਇੱਥੇ ਫਿਰ ਇੱਦਾਂ ਹੋਈ, ਇੱਥੇ ਹੁਣ ਤਾਂ ਪਤਾ ਸਾਰਿਆਂ ਨੂੰ ਕਿ ਉੱਥੇ ਲਾਸ਼ ਪਈ ਸੀ, ਇੱਦਾਂ ਲੈ ਗਿਆ ਚੱਕ ਕੇ ਤੇ ਬਾਦਲ ਨੇ ਗੁਰਦੁਆਰਾ ਬਣਾਇਆ ਉੱਥੇ। ਮੈਂ ਤਾਂ ਭਿੰਡਰਾਂ ਵਾਲੇ ਦੀ ਤਾਂ ਗੱਲ ਹੀ ਨੀ ਜੀ, ਆਪਾਂ ਤਾਂ ਬਾਬਾ ਏਦਾਂ ਹੀ ਗੱਲ ਕਰ ਰਹੇ ਹਾਂ, ਏਦਾਂ ਹੀ ਮਿੱਤਰਾ, ਏਦਾਂ ਹੀ ਜਦੋਂ ਗੁਰਦੁਆਰੇ ਤੇ ਕਬਜ਼ਾ ਹੋ ਗਿਆ ਹੋਊਗਾ ਚੰਗੀ ਤਰ੍ਹਾਂ, ਜਿੱਦਾਂ ਧੁੰਮੇ ਨੇ ਤਾਂ ਬਾਦਲ ਨੇ ਰਲ ਕੇ ਭਿੰਡਰਾਂ ਵਾਲੇ ਦਾ ਬਣਾ ਦਿੱਤਾ, ਇੱਦਾਂ ਹੀ ਤੁਸੀਂ ਰਲ ਕੇ ਬਾਬਾ ਦੀਪ ਸਿੰਘ ਦਾ ਬੁੰਗਾ ਬਣਾ ਦਿੱਤਾ ਹੋਊਗਾ, ਕਹਾਣੀ ਬਣਾ ਕੇ ਸਾਨੂੰ ਦੱਸ ਦਿੱਤੀ ਆ। ਜੇ ਤੁਹਾਨੂੰ ਸੁਣ ਲਾ ਇੱਕ ਗੱਲ ਕੰਨ ਖੋਲ ਕੇ ਵੀਰਾ, ਹਾਂਜੀ ਹਾਂਜੀ, ਜੇ ਤੁਹਾਨੂੰ ਟਕਸਾਲੀਆਂ ਨੂੰ ਬਾਬਾ ਦੀਪ ਸਿੰਘ ਦਾ ਇੱਕ ਰੱਤੀ ਭਰ ਵੀ ਫਿਕਰ ਆ, ਜੇ ਉਹਨਾਂ ਦੀ ਇੱਜ਼ਤ ਰਹਿਣ ਦੇਣੀ ਚਾਹੁੰਦੇ ਆ ਤੇ ਸੌ ਖਾ ਲਓ, ਅੱਜ ਤੋਂ ਬਾਅਦ ਇਹ ਨਾ ਕਿਹੋ ਕਿ ਟਕਸਾਲ ਦਾ ਉਹਨਾਂ ਨਾਲ ਲੈਣਾ ਦੇਣਾ ਆ ਕੋਈ। ਏਦਾਂ ਦੇ ਸਰਕਾਰ ਦੇ ਟਾਊਟ ਕੁੱਤੇ ਲੋਕਾਂ ਦਾ, ਜੇ ਬਾਬਾ ਦੀਪ ਸਿੰਘ ਉਦਾਂ ਦੇ ਸ਼ਹੀਦ ਆ ਜਿਨ੍ਹਾਂ ਦੇ ਤੁਸੀਂ ਦੱਸਦੇ ਆ, ਇਹਨਾਂ ਨਾਲ ਕੋਈ ਲੈਣਾ ਦੇਣਾ ਨੀ, ਉਹ ਕੋਈ ਆਪਣੀ ਥਾਂ ਤੇ ਏਦਾਂ ਦੇ ਬੰਦਿਆਂ ਨੂੰ ਨੀ ਬਿਠਾ ਸਕਦੇ ਤੇ ਗੁਰਬਚਨ ਸਿੰਘ ਭਿੰਡਰਾਂਵਾਲਾ ਸਾਰਾ ਬਕਵਾਸ ਲਿਖਦਾ ਹੋਵੇ, ਇੱਕ ਇੱਕ ਪਾਸਾ ਕਰ ਲਓ ਚੰਗੀ ਤਰ੍ਹਾਂ ਤੈਅ ਕਰ ਲਓ। ਆਪਾਂ ਤਾਂ ਬਾਬਾ ਦੀਪ ਸਿੰਘ ਹਰੇਕ ਸਿੰਘ ਜੀ ਇੱਦਾਂ ਨੀ ਹੁਣੀ ਪੇ ਉਹ ਅੱਧੇ ਜਣੇ ਆ ਕੇ ਸਾਨੂੰ ਕਹੀ ਜਾਣ ਪੇ ਉਹਨੂੰ ਰੱਖਣਾ, ਅੱਧੇ ਜਣੇ ਕਹੀ ਜਾਣ ਉਹਨੂੰ, ਅਸੀਂ ਠੇਕਾ ਨੀ ਲਿਆ।